ਨਹੀਂ ਮਾਮਾ ਜੀ ਤਾਂ ਮੈਨੂੰ ਤਾਂ ਕਹੂੰਗਾ ਜੇ ਮੈਨੂੰ ਪਤਾ ਹੋਊਗਾ। ਮੈਨੂੰ ਪਤਾ ਨਹੀਂ ਨਾ ਵੀ ਕੌਣ ਬੋਲਦਾ ਭਾਈ ਤੂੰ। ਨਹੀਂ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਇਹ ਪੰਗਾ ਕਾਹਤੋਂ ਲਿਆ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਬੇਵਕੂਫ ਬੰਦੇ ਹੋ ਤੁਸੀਂ, ਤੇਰੇ ਪਿਓ ਨੇ ਅੱਗੇ ਸ਼ਰਾਬ ਪੀ ਪੀ ਕੇ ਬੁਰਾ ਹਾਲ ਕੀਤਾ ਇੰਡੀਆ ਪਿਆ, ਤੇ ਹੁਣ ਤੁਸੀਂ ਇਹ ਕੰਮ ਫੜ ਲਿਆ ਇੱਥੇ ਆ ਕੇ। ਗੋਰੇ ਦਾ ਤੋ ਜੋ ਪਾਣੀ ਦੇ ਗਿਆ ਮੁੰਡੇ ਦੇ, ਤੇ ਉਹ ਇਸ ਤਰ੍ਹਾਂ ਮੂੰਹ ਕਲਾਮੀ ਹੁੰਦੇ ਹੁੰਦੇ ਇੱਕ ਦੂਜੇ ਨਾਲ ਹੱਥੋਂ ਬੱਕੀ ਹੋ ਗਏ। ਤੇ ਉਹ ਹੱਥੋਂ ਬੱਕੀ ਹੋਣ ਨਾਲ ਇੱਕ ਉਹ ਮੁੰਡਾ ਹੈਗਾ ਸੀ, ਉਹਨੇ ਫੜ ਕੇ ਬੋਤਲ ਗੋਰੇ ਦੇ ਮਾਰਤੀ ਸਿਰ ਚ। ਉਹਨਾਂ ਨੇ ਪੀਤੀ ਸੀ, ਮੈਂ ਨਹੀਂ ਪੀਤੀ ਸੀ। ਯਾਰ ਏਦਾਂ ਕਿੱਦਾਂ ਹੋ ਸਕਦਾ ਵੀ ਉਹਨਾਂ ਨੇ ਪੀ ਲਈ ਤੇ ਤੂੰ ਨਹੀਂ ਪੀ ਲਈ? ਤੂੰ ਉੱਥੇ ਕੀ ਪਾਣੀ ਨੂੰ ਫੂਕਾ ਮਾਰਨ ਗਿਆ ਸੀ? ਮੈਂ ਮਾਮਾ ਜੀ ਹੁਣ ਬੈਠਾ ਥਾਣੇ ਚ। ਤੇਰਾ ਭਲਾ ਜਾ, ਕਿਉਂ ਬੰਦਾ ਬੰਦਾ ਮਾਰਤਾ ਕੋਈ? ਮਾਮਾ ਮੈਂ ਸੌਣ ਲੱਗੇ, ਮੈਂ ਨਹੀਂ ਪੀਤੀ ਸ਼ਰਾਬ। ਸੌਣ ਲੱਗੇ ਕਾਹਦੀ? ਜੇ ਤੁਸੀਂ ਸ਼ਰਾਬ ਵਾਲੇ ਥਾਂ ਚਲ ਗਿਆ ਉੱਥੇ ਮਾਮਾ ਤੂੰ ਪੀਣ ਗਿਆ ਸੀ, ਖੀਰ ਖਾਣ ਗਿਆ ਸੀ ਉੱਥੇ? ਨਹੀਂ ਮਾਮਾ ਜੀ ਤਾਂ ਮੈਨੂੰ ਤਾਂ ਕਹੂੰਗਾ ਜੇ ਮੈਨੂੰ ਪਤਾ ਹੋਊਗਾ। ਮੈਨੂੰ ਪਤਾ ਨਹੀਂ ਨਾ ਵੀ ਕੌਣ ਬੋਲਦਾ ਭਾਈ ਤੂੰ। ਨਾ ਕੋਈ ਆਪਣਾ ਭਾਣਜ ਹੈ ਕਿ ਨਹੀਂ ਬਾਹਰਲੇ ਮੁਲਕ, ਹੁਣ ਪ੍ਰਦੇਸ਼ ਬਹਿ ਕੇ ਵੀ ਆਪਾਂ ਇੱਕ ਦੂਜੇ ਨੂੰ ਭੁੱਲੀ ਬੈਠੇ ਆ ਮਾਮਾ ਜੀ। ਨਹੀਂ ਭਾਣਜੇ ਤਾਂ ਹੁਣ ਬਥੇਰੇ ਨੇ, ਮੈਨੂੰ ਹੁਣ ਕੀ ਪਤਾ ਤੂੰ ਕਿਹੜਾ ਬੋਲਦਾ। ਚਲ ਚਲ ਮਾਮਾ ਜੀ, ਹੁਣ ਪਛਾਣ ਕਰ ਲਓ ਫਿਰ। ਭਾਣਜਾ ਮੇਰਾ ਤੇ ਇਟਲੀ ਬੈਠਾ ਆ। ਨਵੇਂ ਫੋਨ ਤੋਂ ਫੋਨ ਆ ਰਿਹਾ ਮੈਨੂੰ ਤਾਂ ਨੀ ਪਤਾ ਲੱਗਦਾ ਪਿਆ। ਤੇਰੀ ਤਾਂ ਆਵਾਜ਼ ਬਹੁਤ ਘੱਟ ਆ ਰਹੀ ਹੈ। ਹੈਲੋ 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 ਤੁਹਾਡੀ ਆਵਾਜ਼ ਬਹੁਤ ਡਿਸਟਰਬਿੰਗ ਆ ਰਹੀ ਹੈ, ਸਮਝ ਨਹੀਂ ਆ ਰਹੀ ਕੁਛ। ਚਲੋ ਮੈਂ ਕੱਟ ਕੇ ਬਣਾਉਂਦਾ। ਓਕੇ ਲੋ ਜੀ, ਫੇਕ ਭਾਣਜੇ ਦੀ ਕਾਲ ਆ ਰਹੀ ਹੈ, ਆਵਾਜ਼ ਸਹੀ ਨਹੀਂ ਆਉਂਦੀ ਪਈ। ਮੈਂ ਕਿਹਾ ਮੇਰਾ ਭਾਣਜਾ ਇਟਲੀ ਹੈ, ਨੰਬਰ 209 ਹੈ ਸਟਾਕਟਨ ਦਾ, ਇਹ ਫੇਕ ਭਾਣਜੇ ਬਣ ਕੇ ਗੱਲ ਕਰਦੇ। ਮੈਨੂੰ ਫੇਰ ਕਾਲ ਆ ਗਈ ਹੈ, ਚਲੋ ਫਿਰ ਗੱਲ ਕਰਦੇ ਹਾਂ ਜੀ ਭਾਣਜੇ ਨਾਲ। ਨਵਾਂ ਨਵਾਂ ਭਾਣਜਾ ਬਣ ਲੱਗਾ, ਵੇਖੋ ਇਹ ਫੇਕ ਕਾਲ ਹੈ ਜੀ। ਹਾਂਜੀ 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 ਮਾਮੂ ਜੀ, ਚੜ੍ਹਦੀ ਕਲਾ। ਤੁਸੀਂ ਸੁਣਾਓ ਮਾਮੂ ਜੀ, ਕਿੰਨਾ ਸਿਹਤ ਤਬੀਅਤ ਆ? ਠੀਕ ਆ, ਵਧੀਆ ਵਧੀਆ। ਹੋਰ ਘਰੇ ਪਰਿਵਾਰ ਸਭ ਵਧੀਆ ਮਾਮੂ ਜੀ? ਹਾਂ ਸਭ ਵਧੀਆ, ਬਸ ਚੱਲਿਆ ਮੈਂ ਵੀ ਕੰਮ ਤੇ। ਪਛਾਣ ਲਿਆ ਕਿ ਨਹੀਂ ਮਾਮਾ ਜੀ? ਉਹ ਪਛਾਣ ਲਿਆ, ਕੰਜਰਾ ਤੈਨੂੰ ਨੀ ਪਛਾਣਨਾ, ਹੋਰ ਕਿਹਨੂੰ ਪਛਾਣਨਾ? ਬਸ ਠੀਕ ਠਾਕ, ਮਾਮਾ ਦੀ ਕਿਰਪਾ ਹੈਗੀ, ਤੁਸੀਂ ਸੁਣਾਓ ਆਪਣੇ ਵੱਲੋਂ। ਤੇਰੀ ਆਵਾਜ਼ ਬੜੀ ਹੋਰ ਤਰ੍ਹਾਂ, ਕਿੱਦਾਂ ਖਾਧੀ ਪੀਤੀ ਹੁੰਦੀ ਕੋਈ? ਮਾਮਾ ਗਲਾ ਖਰਾਬ ਹੋ ਗਿਆ ਸੀ। ਜਲੰਧਰ ਵਾਲਿਆਂ ਦਾ ਕੀ ਹਾਲ ਚਾਲ ਹੈ? ਸਭ ਵਧੀਆ ਮਾਮਾ ਜੀ, ਚੜ੍ਹਦੀ ਕਲਾ, ਸਭ ਬਾਬੇ ਦੀ ਮਿਹਰ। ਅੱਛਾ ਅੱਛਾ, ਤੁਸੀਂ ਸੁਣਾਓ ਆਪਣੇ ਵੱਲ। ਹਾਂ ਵਧੀਆ ਵਧੀਆ,
ਕਦੀ ਫੋਨ ਹੀ ਨਹੀਂ ਕੀਤਾ ਮਾਮਾ ਜੀ ਤੁਸੀਂ ਤੇ। ਚੱਲ ਤੂੰ ਤਾਂ ਕਰ ਗਿਆ ਨਾ, ਮੈਂ ਤੇ ਕਰ ਹੀ ਲਿਆ। ਹੈ ਹੁਣ ਤੂੰ ਕਰ ਲਿਆ, ਤੇਰਾ ਨੰਬਰ ਆ ਗਿਆ, ਤੈਨੂੰ ਕਰ ਲਿਆ ਕਰਾਂਗੇ। ਚਲੋ ਹੋਰ ਮਾਮੀ ਠੀਕ ਆ? ਹਾਂ ਵਧੀਆ ਵਧੀਆ ਸਾਰੇ ਠੀਕ ਨਾ, ਤੂੰ ਸੁਣਾ ਕਿੱਦਾਂ, ਅੱਜ ਕਿੱਦਾਂ ਯਾਦ ਕਰ ਲਿਆ? ਮਾਮੂ ਯਾਦ ਤੇ ਫਿਰ ਹੁਣ ਆਪਣੇ ਨੂੰ ਭੁੱਲਿਆ ਥੋੜਾ ਜਾਂਦਾ ਵਾ। ਹੈ ਉਹ ਤਾਂ ਠੀਕ ਆ, ਅਸੀਂ ਤੇ ਯਾਦ ਕਰ ਲਿਆ। ਤੁਸੀਂ ਕਿਹੜਾ ਯਾਦ ਕੀਤਾ? ਤੂੰ ਭਾਣਜੇ ਨੂੰ ਫੋਨ ਕਰ ਲਈਏ। ਤੇਰਾ ਨੰਬਰ ਹੀ ਬਦਲਿਆ ਸੀਗਾ, ਹੁਣ ਤੇਰਾ ਨਵਾਂ ਨੰਬਰ ਆ ਗਿਆ, ਮੈਂ ਇੱਥੋਂ ਕਾਲ ਕਰ ਲਿਆ ਕਰੂੰਗਾ। ਚਲੋ ਚਲੋ, ਮੇਰਾ ਨੰਬਰ ਸੇਵ ਕਰ ਲਿਆ ਜੀ। ਠੀਕ ਆ ਠੀਕ ਆ। ਹੋਰ ਕਿੰਨਾ ਮਾਮਾ, ਨਵੀਂ ਤਾਜੀ ਕੋਈ? ਹਾਂ ਨਵੀਂ ਤਾਜੀ, ਬਸ ਠੀਕ ਆ ਸਾਰੀ। ਕੰਮ ਕਾਰ ਵਧੀਆ ਚੱਲੀ ਜਾਂਦਾ? ਹਾਂ ਕੰਮ ਕਾਰ ਚੱਲੀ ਜਾਂਦਾ। ਹਾਂ ਹੁਣ ਕਦੋਂ ਗੇੜਾ ਮਾਰਨਾ ਇੰਡੀਆ? ਇੰਡੀਆ ਹੁਣ ਅਗਲੇ ਸਾਲ ਗੇੜਾ ਮਾਰਾਂਗੇ, ਅਜੇ ਹੁਣੇ ਤੇ ਆਏ ਆ। ਅੱਛਾ ਤੂੰ ਕਦੋਂ ਜਾਣਾ ਇੰਡੀਆ? ਮੈਂ ਵੀ ਮਾਮਾ ਹੁਣ ਨਾ 2-3 ਮਹੀਨੇ ਤੱਕ ਜਾਊਂਗਾ। ਅੱਛਾ ਠੀਕ ਆ, ਸੁੱਖ ਸਾਂਦ ਹੈ ਨਾ? 2-3 ਮਹੀਨੇ ਤੱਕ ਜਾਊਂਗਾ ਇੱਥੋਂ। ਮੈਂ ਕਿਹਾ ਸੁੱਖ ਸਾਂਦ ਹੈ ਨਾ ਸਭ? ਸਭ ਸੁੱਖ ਸ਼ਾਂਤੀ ਆ ਮਾਮਾ ਜੀ, ਸਭ ਚੜ੍ਹਦੀ ਕਲਾ ਚ ਹੈਗਾ। ਚਲੋ ਠੀਕ ਆ। ਹੋ ਮਾਮੂ ਕਿਤੇ ਘਰੇ ਆ ਕਿ ਕੰਮ ਤੇ ਜਾ ਰਹੇ? ਨਹੀਂ ਨਹੀਂ ਘਰੇ ਆ, ਬਸ ਮੈਂ ਤਿਆਰ ਹੁੰਦਾ ਪਿਆ, ਮੈਂ ਚੱਲਿਆ ਕੰਮ ਤੇ। ਹਾਂ ਮਾਮਾ, ਮੈਂ ਥੋੜੇ ਜਿਹੇ ਨਾ ਤੁਹਾਡੇ ਨਾਲ ਗੱਲ ਕਰਨੀ ਆ। ਤੇ ਮਾਮਾ ਇਹ ਗੱਲ ਕਿਸੇ ਅੱਗੇ ਨਹੀਂ ਕਰਨੀ ਆ, ਠੀਕ ਆ? ਕੀ ਗੱਲ ਹੋਈ? ਗੱਲ ਮੈਂ ਹੁਣ ਮਾਮਾ ਤੇਰੇ ਅੱਗੇ ਕਰਦਾ ਪਿਆ, ਮੈਂ ਬਹੁਤ ਪਰੇਸ਼ਾਨ ਹੋ ਗਿਆ ਵਾ। ਯਾਰ ਦੋਸਤਾਂ ਨਾਲ ਚਲਾ ਗਿਆ ਸੀ, ਉਹ ਯਾਰ ਦੋਸਤ ਹੋ ਰਿਹਾ ਸੀ ਪੀ ਆਰ, ਓਹਨੇ ਕੀਤੀ ਸੀ ਦਾਵਤ, ਅਸੀਂ ਚਲੇ ਗਏ ਹੋਟਲ ਚ। ਕੁਛ ਰਾਤ ਸ਼ੁਰੂ ਕੀਤੀ ਸੀ, ਡਰਿੰਕ ਵਗੈਰਾ ਕਰ ਲਈ ਸੀ, ਤੇ ਉਹ ਕਿਧਰੇ ਗੋਰਾ ਸੀ ਟੇਬਲ ਮੈਨ, ਉਹ ਗੋਰੇ ਦੇ ਹੱਥੋਂ ਜੋ ਪਾਣੀ ਡਿੱਗ ਗਿਆ ਮੁੰਡੇ ਦੇ, ਤੇ ਉਹ ਇਸ ਤਰ੍ਹਾਂ ਮੂੰਹ ਕਲਾਮੀ ਹੁੰਦੇ ਹੁੰਦੇ ਇੱਕ ਦੂਜੇ ਨਾਲ ਹੱਥੋਂ ਬੱਕੀ ਹੋ ਗਏ, ਤੇ ਉਹ ਹੱਥੋਂ ਬੱਕੀ ਹੋਣ ਨਾਲ ਇੱਕ ਉਹ ਮੁੰਡਾ ਹੈਗਾ ਸੀ, ਉਹਨੇ ਫੜ ਕੇ ਬੋਤਲ ਗੋਰੇ ਦੇ ਮਾਰਤੀ ਸਿਰ ਚ, ਤੇ ਗੋਰਾ ਬੇਹੋਸ਼ ਹੋ ਕੇ ਡਿੱਗ ਗਿਆ। ਅੱਛਾ ਤੇ ਹੁਣ ਉਹ ਸਾਨੂੰ ਲੈ ਕੇ ਆ ਗਏ ਥਾਣੇ ਚ। ਅੱਛਾ ਹਾਂ, ਤੇ ਹੁਣ ਹੁਣ ਵਕੀਲ ਨੂੰ ਕੀਤਾ ਫੋਨ, ਮੁੰਡਾ ਹੈਗਾ ਸੀ ਉਹਦੇ ਜਾਣ ਵਾਲਾ ਵਕੀਲ, ਉਹਨੂੰ ਬੁਲਾਇਆ ਹੈਗਾ, ਤੇ ਹੁਣ ਉਹ ਦੱਸਦਾ ਨੀ ਸਾਨੂੰ ਕੋਈ ਵੀ ਇਸ ਗੱਲ ਦਾ ਮਸਲਾ। ਮੈਂ ਉਹਨੂੰ ਕਿਹਾ ਵੀ ਮੈਂ ਬੇਕਸੂਰ ਆ, ਉਹਨਾਂ ਨੇ ਕੀਤੀ ਸੀ ਸ਼ਰਾਬ ਜ਼ਰੂਰ। ਨਹੀਂ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਇਹ ਪੰਗਾ ਕਾਹਤੋਂ ਲਿਆ, ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ, ਬੇਵਕੂਫ ਬੰਦੇ ਤੁਸੀਂ, ਤੇਰੇ ਪਿਓ ਨੇ ਅੱਗੇ ਸ਼ਰਾਬ ਪੀ ਪੀ ਕੇ ਬੁਰਾ ਹਾਲ ਕੀਤਾ ਇੰਡੀਆ ਪਿਆ, ਤੇ ਹੁਣ ਤੁਸੀਂ ਇਹ ਕੰਮ ਫੜ ਲਿਆ ਇੱਥੇ ਆ ਕੇ। ਮਾਮਾ ਮੈਂ ਸੌਣ ਲੱਗੇ, ਮੈਂ ਨੀ ਪੀਤੀ ਸ਼ਰਾਬ। ਸੌਣ ਲੱਗੇ ਕਾਹਦੀ, ਜੇ ਤੁਸੀਂ ਸ਼ਰਾਬ ਵਾਲੇ ਥਾਂ ਚਲ ਗਿਆ ਉੱਥੇ ਮਾਮਾ ਤੂੰ ਪੀਣ ਗਿਆ ਸੀ, ਖੀਰ ਖਾਣ ਗਿਆ ਸੀ ਉੱਥੇ? ਬਸ ਮਾਮਾ ਮੈਨੂੰ ਨੀ ਪਤਾ ਸੀ ਹੁਣ। ਲੈ ਤੂੰ ਇੱਥੇ, ਤੂੰ ਰੋਟੀ ਨੂੰ ਚੋਚੀ ਕਹਿੰਦਾ, ਤੈਨੂੰ ਪਤਾ ਨੀਗਾ ਵੀ ਇੱਥੇ ਕੀ ਵਿਕਦਾ? ਮਾਮੂ ਪਤਾ ਤੇ ਹੈਗਾ ਸੀ, ਹੁਣ ਮੈਂ ਨਹੀਂ ਪੀਤੀ ਸੀ, ਉਹਨਾਂ ਨੇ ਪੀ ਲਈ ਸੀ। ਉਹਨਾਂ ਨੇ ਪੀਤੀ ਸੀ, ਮੈਂ ਨਹੀਂ ਪੀਤੀ ਸੀ। ਯਾਰ ਏਦਾਂ ਕਿੱਦਾਂ ਹੋ ਸਕਦਾ ਵੀ ਉਹਨਾਂ ਨੇ ਪੀ ਲਈ ਤੇ ਤੂੰ ਨੀ ਪੀ ਲਈ? ਤੂੰ ਉੱਥੇ ਕੀ ਕਰ, ਪਾਣੀ ਨੂੰ ਫੂਕਾਂ ਮਾਰਨ ਗਿਆ ਸੀ? ਮੈਂ ਹੁਣ ਕਿਹਾ ਮਾਮੂ ਮੈਂ ਤੈਨੂੰ ਕਹਿੰਦਾ ਸੌ ਲੱਗੇ ਮੈਂ ਨਹੀਂ ਪੀਤੀ ਸੀ, ਉਹ ਕਿਧਰੇ ਘਰੋਂ ਪੀ ਕੇ ਆਏ ਸੀ। ਅੱਛਾ ਚੱਲ ਹੁਣ ਦੱਸ, ਹੁਣ ਹੁਣ ਕਰਨਾ ਕੀ ਇਹ ਦੱਸ ਤੂੰ? ਸਿਆਪੇ ਤੇ ਮੇਰੀ ਜਾਨ ਨੂੰ ਪਾਏ ਨਾ ਤੁਸੀਂ, ਹੁਣ ਮੈਨੂੰ
ਹੁਣ ਪੋਤਰੇ ਤੇ ਮੈਨੂੰ ਪੈਣੇ ਨਾ ਤੁਹਾਡਾ ਪਿਓ ਤੇ ਸ਼ਰਾਬ ਪੀ ਪੀ ਕੇ ਤੇ ਪਿਆ ਹੋਣਾ ਕਿਤੇ ਹੁਣ ਭੌਂਕ ਭੌਂਕ ਅੱਗੇ ਗੱਲ ਦੱਸ ਹੁਣ ਕੀ ਹੋਈ ਹੈ ਲੜ ਪਏ ਤੇ ਹੁਣ ਕਰਨਾ ਕੀ ਹੈ ਗਲਤੀਆਂ ਕਰੀ ਜਾਓ ਤੇ ਬਾਅਦ ਚ ਕਹਿਤਾ ਸੋਰੀ ਤੇ 6 ਮਹੀਨੇ ਬਾਅਦ ਮਾਮੇ ਨੂੰ ਫੋਨ ਲਾ ਲਿਆ ਮਾਮਾ ਹੁਣ ਆ ਹੋ ਗਿਆ ਜੀ ਹੁਣ ਕੀਤੀਆਂ ਗਲਤੀਆਂ ਤੇ ਭੁਗਤੋ ਫਿਰ ਬੈਠੇ ਰਹੋ ਥਾਣੇ 'ਚ ਤਾਂ ਕੀ ਹੈ ਤੁਹਾਡਾ ਤਾਂ ਕੰਮ ਹੀ ਉੱਥੇ ਇੰਡੀਆ ਵੀ ਥਾਣੇ 'ਚ ਅਤੇ ਇੱਥੇ ਵੀ ਥਾਣੇ 'ਚ ਮਾਮੂ ਇੱਕ ਵਾਰੀ ਬਾਹਰ ਕਢਾ ਦੇ ਮੈਂ ਦੁਬਾਰਾ ਨਹੀਂ ਇਹ ਗਲਤੀ ਕਰੂੰਗਾ ਅਗਰ ਤੇਰੇ ਪਿਓ ਨੂੰ 36 ਵਾਰ ਚੜਾ ਕੇ ਲਿਆਂਦਾ ਥਾਣਿਆਂ 'ਚੋਂ ਅਤੇ ਹੁਣ ਤੂੰ ਚੱਲ ਪਿਆ ਇੱਧਰ ਨੂੰ ਅੱਛਾ ਲਿਆ ਕਰਾ ਗੱਲ ਅੰਕਲ ਜੀ ਗੱਲ ਕਰ ਰਹੇ ਆਪਣੇ ਮਾਮਾ ਜੀ ਹੈਲੋ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਮੂਰਖੋ ਕਹਿੰਦਾ ਕੀ ਹਾਲ ਆ ਬਸ ਠੀਕ ਆ ਮੈਂ ਭਾਣਜਾ ਯਾਰ ਤੂੰ ਛੱਡ ਪਰਾਂ ਇਹੋ ਜਿਹੇ ਭਾਣਜਿਆਂ ਨੂੰ ਕੀ ਕਰਨਾ ਆਪਾਂ ਹਾਂਜੀ ਉਹ ਕੀ ਕਰਨਾ ਇਹੋ ਜਿਹੇ ਭਾਣਜਿਆਂ ਨੂੰ ਕੁੱਤੇ ਕੰਮ ਕਰਦੇ ਨੇ ਦੇਖੋ ਜੀ ਹੁਣ ਗੱਲ ਠੀਕ ਹੈ ਜੇ ਤੁਸੀਂ ਨਹੀਂ ਗੱਲ ਕਰਨਾ ਚਾਹੁੰਦੇ ਮੈਂ ਫੋਨ ਕੱਟ ਦੇਣਾ ਜੇ ਫੋਨ ਕੱਟਣਾ ਕੱਟ ਦਿਓ ਮਰੇ ਪਿਆ ਜਿੱਥੇ ਮਰਨਾ ਜਾ ਕੇ ਜੇ ਇਹਨੇ ਨਹੀਂ ਏਦਾਂ ਹੀ ਕਰਨਾ ਤੇ ਦੇਖੋ ਜੀ ਗੱਲ ਇਸ ਤਰ੍ਹਾਂ ਮੇਰੀ ਗੱਲ ਸੁਣੋ ਮੈਂ ਮੰਨਦਾ ਤੁਹਾਡਾ ਗੁੱਸਾ ਜਾਇਜ਼ ਆ ਠੀਕ ਆ ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਹੁਣ ਕਰਨਾ ਕੀ ਹੁਣ ਤੇ ਹੁਣ ਦੇਖੋ ਜੀ ਮੈਂ ਤੈਨੂੰ ਜਾਣਦਾ ਨਹੀਂ ਸੀ ਠੀਕ ਆ ਹੁਣ ਮੈਂ ਸਾਰੀ ਗੱਲ ਦੇਖੀ ਆ ਸੁਣੀ ਆ ਜੇ ਮਸਲਾ ਹੋ ਗਿਆ ਹੈ ਨਾ ਉਹ ਗੋਰੀ ਦੀ ਵਜ੍ਹਾ ਨਾਲ ਹੋ ਗਿਆ ਇਹ ਕਦੇ ਪੀਆਰਐਸ ਹੋਇਆ ਸੀ ਮੁੰਡਾ ਨਹੀਂ ਉਹ ਤੇ ਮੈਂ ਸੁਣ ਲਈ ਉਹ ਤਾਂ ਮੈਂ ਕਹਾਣੀ ਸੁਣ ਲਈ ਹੈ ਮੁੰਡਾ ਪੀਆਰ ਹੋਇਆ ਇਹ ਉੱਥੇ ਬਾਹਰ ਚ ਗਏ ਉੱਥੇ ਗੋਰੇ ਦੇ ਕੁਛ ਮਾਰਤਾ ਉਹ ਤੇ ਮੈਂ ਸੁਣ ਲਈ ਗਾਣੀ ਹੁਣ ਕਰਨਾ ਕੀ ਆਪਾਂ ਹਾਂਜੀ ਹਾਂਜੀ ਹੁਣ ਗੱਲ ਇਹ ਆ ਕਿ ਜਿਹੜੇ ਨਾਲ ਦੇ ਮੁੰਡੇ ਸੀ ਨਾ ਉਹਨਾਂ ਦੇ ਹੋ ਗਿਆ ਪਰਚਾ ਠੀਕ ਆ ਉਹਨਾਂ ਦਾ ਸਾਰਾ ਕਸਟਡੀ ਦੇ ਵਿੱਚ ਜਮਾ ਹੋ ਗਿਆ ਉਹਨਾਂ ਦਾ ਬੈਂਕ ਏਟੀਐਮ ਕਾਰਡ ਜਿਹੜਾ ਸਾਰਾ ਕੁਛ ਹੈ ਨਾ ਉਹ ਉਹਨਾਂ ਨੇ ਕਸਟਡੀ ਦੇ ਵਿੱਚ ਕਰ ਲਿਆ ਸਣੇ ਇਹ ਤੁਹਾਡੇ ਭਾਣਜਿਆਂ ਦੇ ਵੀ ਠੀਕ ਆ ਇਹ ਮੁੰਡੇ ਨੇ ਇੰਨਾ ਡਰਿੰਕ ਨਹੀਂ ਕੀਤੀ ਸੀ ਸ਼ਰਾਬ ਉਹਨਾਂ ਨੇ ਪੀਤੀ ਸੀ ਠੀਕ ਆ ਤਾਂ ਬਚ ਗਿਆ ਇਹ ਤਾਂ ਬਚ ਗਿਆ ਹਾਂਜੀ ਇਹਨੂੰ ਲੈਦਾ ਕਮਰੇ ਚ ਰੱਖਿਆ ਠੀਕ ਆ ਇਹਨਾਂ ਮੈਨੂੰ ਕਿਹਾ ਜੀ ਅੰਕਲ ਜੀ ਮੈਂ ਬੇਕਸੂਰ ਆ ਮੈਂ ਨਾ ਕੁਛ ਰਾਹ ਕੀਤੀ ਨਾ ਮੈਂ ਗੋਰੇ ਦੇ ਹੱਥੇ ਪੱਖੀ ਹੋਇਆ ਇਹ ਤੇ ਸਗੋਂ ਛੜਾ ਰਿਹਾ ਸੀ ਠੀਕ ਆ ਮੈਂ ਸੀਸੀਟੀਵੀ ਕੈਮਰੇ ਦੇ ਵਿੱਚ ਵੇਖਿਆ ਇਹ ਬੱਚਾ ਤੁਹਾਡਾ ਜਿਹੜਾ ਨਾ ਇਹ ਛੜਾ ਰਿਹਾ ਸੀ ਇਹਦੀ ਕੋਈ ਗਲਤੀ ਨਹੀਂ ਆ ਅੱਛਾ ਠੀਕ ਆ ਠੀਕ ਆ ਜਿਹੜੇ ਮੁੰਡੇ ਨੇ ਡਰਿੰਕ ਵਗੈਰਾ ਸ਼ਰਾਬ ਪੀਤੀ ਸੀ ਨਾ
ਉਹਨਾਂ ਦੇ ਹੁਣ ਦੇਖੋ ਸੀਸੀ ਕੈਮਰੇ ਦੇ ਵਿੱਚ ਹੱਥ ਤੋਂ ਬੱਕੀ ਹੋ ਰਹੀ ਸੀ ਤੇ ਗੋਰੇ ਦੇ ਮਾਰਤੀ ਬੋਤਲ ਸਿਰ ਚ, ਹੁਣ ਉਹਦਾ ਸੀਟੀ ਸਕੈਨ ਹੋ ਰਿਹਾ ਹੈ। दो लफेड़े होर मार के ते कोई होर इल्जाम ला के ते इहनू पक्का सुट अंदर। चलो जी तुसीं गल किल्लरी करदे, आपां बच्चे नूं छड़ांदे नूं बच्चे नूं छड़ा के की करना इहो जे बच्चे नूं, इहनू छड़ाता ते कल्ल नूं इहने फिर इहो कम करने ने, इहदे हौसला वध जाणा। चल ठीक है अगे मामे ने कढा लिया फिर कढाएगा। नहीं ओ बच्चा बिलकुल पैरी पैन दिया, मैं देखिया, मैं सारा कुछ देखिया कैमरे दे विच। ते किन्ना खर्चा, गलती नहीं खर्चा किन्ना होंदा, खर्चा किन्ना होना? देखो जी हुण इहदी ते फाइन लग रहा, ठीक आ, ਉਹ ਫਾਈਨ ਭਰ ਕੇ ਤੇ ਇਹਦੀ ਫਾਈਲ ਸ਼ੀਟ ਤਿਆਰ ਕਰਵਾ ਕੇ ਅਫਸਰ ਦੇ ਸਾਈਨ ਕਰਵਾ ਕੇ ਉਹਦੇ ਅੱਗੇ ਕਹੂੰਗਾ ਕਿ ਵੀ ਇਹ ਬੱਚੇ ਦੀ ਬਿਲਕੁਲ ਕੋਈ ਗਲਤੀ ਨਹੀਂ ਹੈ, ਤੁਹਾਨੂੰ ਮੈਂ ਸੀਸੀਟੀਵੀ ਕੈਮਰੇ ਦੇ ਵਿੱਚ ਇਹਦਾ ਸਾਰਾ ਰਿਕਾਰਡ ਦਿਖਾ ਦੇਣਾ, ਠੀਕ ਆ। ਨਹੀਂ ਉਹ ਤਾਂ ਠੀਕ ਆ, ਪਰ ਕਿੰਨਾ ਖਰਚਾ, ਖਰਚਾ ਕਿੰਨਾ ਹੁਣ ਇਹਦਾ ਜਿਹੜਾ ਖਰਚਾ ਹੋਊਗਾ ਨਾ, ਉਹ ਹੁਣ ਤੁਹਾਨੂੰ ਇਹਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦਾ ਕਿ 1.5 ਲੱਖ ਰੁਪਇਆ ਖਰਚਾ ਹੋਊਗਾ ਫਾਈਨ ਜਿਹੜਾ ਲੱਗੂਗਾ। ਅੱਛਾ ਠੀਕ ਆ। ਅੱਛਾ ਉਹ ਆਪਾਂ ਨੂੰ ਫਾਈਨ ਭਰਨਾ, ਫਾਈਨ ਭਰ ਕੇ ਤੇ ਇਹਦੀ ਬੇਲ ਕਰਵਾਉਣੀ ਆ, ਬੇਲ ਕਰਵਾ ਕੇ ਬੱਚਾ ਬਾਹਰ ਕਢਵਾ ਸਕਦੇ ਆ। 1.5 ਲੱਖ ਰੁਪਇਆ ਤੇ ਕੁਛ ਨਹੀਂ ਹੈਗਾ, 1.5 ਲੱਖ ਤੇ ਚਲੋ ਕੋਈ ਖਾਸ ਨਹੀਂ ਇੰਨਾ। ਹਾਂਜੀ ਹੁਣ ਦੇਖੋ ਗੱਲ ਇਹ ਫਾਈਨ ਇਹਨੂੰ ਜ਼ਿਆਦਾ ਨਹੀਂ ਆ, ਮੈਂ ਤਾਂ ਬੱਚੇ ਤੇ ਉਹ ਮੈਂ ਤਾਂ ਇਹ ਸੋਚਿਆ ਸੀ, ਮੈਂ ਕਿਹਾ ਪਤਾ ਨਹੀਂ 10-20 ਲੱਖ ਰੁਪਇਆ ਦਾ ਖਰਚਾ ਆ ਗਿਆ ਉਹ, ਤੇ ਮੈਂ ਕਿਹਾ ਚਲੋ ਉਹੀ ਤੇ ਚਲੋ ਇੱਥੇ ਬਾਹਰ ਬੈਠੇ ਆ, 1.5 ਲੱਖ ਰੁਪਇਆ ਤੇ ਕੁਛ ਨਹੀਂ। ਜੀ ਜੀ ਮੈਂ ਦੇਖੋ ਜਿਹੜੀ ਗੱਲ ਆ ਨਾ ਮੂਲਕੋ ਗੱਲ ਉਹ ਕੀਤੀ ਆਪਾਂ, ਨਹੀਂ ਉਦਾਂ ਵੀ ਤੂੰ ਵਕੀਲ ਭਰਾਵਾ ਸਿਆਣਾ ਨਹੀਂ, ਤੇ ਇੱਥੇ ਵਕੀਲ ਜਿਹੜੇ ਆ ਐਵੇਂ ਬੇਇਤਿਹਾਸ਼ਾ ਉਦੇ ਪੈਸੇ ਮੰਗੀ ਜਾਂਦੇ ਨੇ। 1.5 ਲੱਖ ਤੇ ਰੁਪਇਆ ਕੁਛ ਵੀ ਨਹੀਂ, ਇੱਥੇ ਤਾਂ 5 ਲੱਖ ਰੁਪਇਆ ਉਦੇ ਮੰਗ ਲੈਂਦੇ ਨੇ, ਲਿਆਓ ਜੀ 5 ਲੱਖ ਰੁਪਇਆ। ਦੇਖੋ ਜੀ ਉਹ ਮੈਂ ਤੁਹਾਨੂੰ ਉਹ ਗੱਲ ਨੀ ਕੀਤੀ ਮੋਜੇ ਚ, ਨਾ ਹੀ ਮੈਂ ਆਪਣੀ ਫੀਸ ਕਹੀ ਇਹਨਾਂ ਨੂੰ। ਇਹ ਰੋਣ ਲੱਗ ਪਿਆ ਸੀ, ਇਹ ਕਹਿੰਦਾ ਅੰਕਲ ਮੈਂ ਬੇਕਸੂਰ ਆ, ਠੀਕ ਆ, ਤੇ ਮੈਂ ਇਹਦਾ ਮੈਂ ਇਹਨੂੰ ਕਿਹਾ ਤੂੰ ਡਰਿੰਕ ਪੀਤੀ ਆ, ਮੈਂ ਚੈੱਕ ਵੀ ਕੀਤਾ ਇਹਨੇ ਡਰਿੰਕ ਸ਼ਰਾਬ ਸ਼ਰੂਬ ਨਹੀਂ ਪੀਤੀ ਆ, ਠੀਕ ਆ। ਨਹੀਂ ਚਲੋ ਹੁਣ ਫਾਈਨਲ ਕੀ ਮਤਲਬ ਕਿ ਆਪਾਂ ਪੇ ਕਿੱਦਾਂ ਕਰਨਾ ਆ, ਮਤਲਬ ਕਿ ਕਿੱਦਾਂ ਉਹਨਾਂ ਨੂੰ ਪੈਸੇ ਕਿੱਦਾਂ ਭੇਜਣੇ ਆ? ਦੇਖੋ ਜੀ ਹੁਣ ਮੈਂ ਫਾਈਨ ਜਿਹੜਾ ਹੈ ਨਾ, ਕਿਉਂਕਿ ਇਹਦਾ ਫਾਈਨ ਜਿਹੜਾ ਆਪਾਂ ਇਹ ਜਿਹੜਾ ਅਸੀਂ ਵਕਾਲਤ ਕੀਤੀ ਆ, ਅਸੀਂ ਡਾਇਰੈਕਟਲੀ ਤੇ ਅਸੀਂ ਫਾਈਨ ਨਹੀਂ ਲੈ ਸਕਦੇ ਆ ਤੁਹਾਡੇ ਕੋਲੋਂ, ਠੀਕ ਆ, ਕਿਉਂਕਿ ਸਾਡੇ ਵਕਾਲਤ ਦੇ ਕਾਗਜ਼ਾਤ ਜਮ੍ਹਾਂ ਹੁੰਦੇ ਨੇ, ਠੀਕ ਆ, ਅਸੀਂ ਐਮਐਸਸੀ ਦੇ ਜ਼ਰੀਏ ਤੁਹਾਨੂੰ ਇਹ ਪੇਮੈਂਟ ਤੁਸੀਂ ਜਮ੍ਹਾਂ ਕਰਵਾਓ, ਠੀਕ ਆ, ਉਸ ਤੋਂ ਬਾਅਦ ਜਿਹੜਾ ਫਾਈਨ ਹੈਗਾ ਉਹ ਅਸੀਂ ਇੱਥੇ ਭਰ ਕੇ ਤੁਹਾਡਾ ਬੱਚਾ ਬਾਹਰ ਕਢਵਾ ਕੇ ਜਿਹੜਾ ਇਹਦਾ ਬੈਂਕ ਏਟੀਐਮ ਕਹਿੰਦੇ ਆ ਮੇਰੇ ਅੰਕਲ ਪੈਸੇ ਪਏ ਅਕਾਊਂਟ ਚ, ਮੈਨੂੰ ਤੁਸੀਂ ਨਾਲ ਲੈ ਕੇ ਜਾਓ, ਮੈਂ ਤੁਹਾਨੂੰ ਉੱਥੋਂ ਕਢਾ ਕੇ ਫਾਈਨ ਦੇ ਦੇਣਾ। ਹੁਣ ਉਹ ਇਸ ਤਰ੍ਹਾਂ ਦੇ ਆਪਣਾ ਇੰਡੀਆ ਮੁਲਕ ਨਹੀਂ ਹੈ ਜਿਹੜਾ ਵੀ ਇੱਥੋਂ ਬਾਹਰ ਲੈ ਕੇ ਜਾ ਕੇ ਮੈਂ ਬੈਂਕ ਚ ਪੈਸੇ ਕਢਵਾ ਲੂ, ਤੇ ਉਹ ਕਹਿੰਦਾ ਮੇਰੇ ਅਕਾਊਂਟ ਚ ਹੈਗੇ 7-8 ਲੱਖ ਰੁਪਇਆ ਹੈਗਾ। ਨਾਲੇ ਓਦਾਂ ਵੀ ਦੁਬਈ ਵਿੱਚ ਤੇ ਕਾਨੂੰਨ ਹੀ ਬੜੇ ਸਖਤ ਨੇ। ਹਾਂਜੀ ਤੇ ਹੁਣ ਗੱਲ ਇਹ ਆ ਕਿ ਤੁਸੀਂ ਹੁਣ ਮੈਨੂੰ ਇਹ ਦੱਸੋ ਬੱਚੇ ਨੂੰ ਕਢਵਾਉਣਾ ਹੈ ਜਾਂ ਕੀ ਕਰਨਾ, ਮੈਨੂੰ ਹੁਣ ਦੱਸ ਦਿਓ। ਨਹੀਂ ਕਢਵਾ ਦਿੰਦੇ ਆ, ਤੁਸੀਂ ਦੱਸੋ 1.5 ਲੱਖ ਪੇ ਕਿੱਥੇ ਕਰਨਾ ਹੁਣ ਇਹ ਦੱਸੋ ਪਹਿਲਾਂ। ਦੇਖੋ ਜੀ ਅਸੀਂ ਇਹ ਤੁਹਾਨੂੰ ਮੈਸੇਜ ਦੇ ਥਰੂ ਆਪਣਾ ਨਾ ਇੰਡੀਅਨ ਅਕਾਊਂਟ ਦੇ ਥਰੂ ਤੁਸੀਂ ਪੇਮੈਂਟ ਜਮ੍ਹਾਂ ਕਰਵਾ ਸਕਦੇ ਹੋ, ਕਿਉਂਕਿ ਆ ਮੈਸੇਜ ਸਾਨੂੰ ਉਸ ਦੇ ਕਾਰਨ ਅਸੀਂ ਮੈਸੇਜ ਸਾਨੂੰ ਮੈਸੇਜ ਦੇਊਗੀ, ਠੀਕ ਆ, ਉਹ ਮੈਸੇਜ ਸਾਨੂੰ ਮੈਸੇਜ ਦੇ ਦੂਗੀ ਨਾ, ਅਸੀਂ ਜਿਹੜਾ ਇਹਦਾ ਫਾਈਨ ਹੋਊਗਾ ਇੱਥੇ। ਚਲੋ ਤੁਸੀਂ ਇਦਾਂ ਕਰੋ, ਤੁਸੀਂ ਮੈਨੂੰ ਤੁਸੀਂ ਇਨਫੋਰਮੇਸ਼ਨ ਭੇਜ ਦਿਓ, ਮੇਰਾ ਵੀ ਹੁਣ ਟਾਈਮ ਹੋ ਰਿਹਾ, ਮੈਂ ਕੰਮ ਤੇ ਜਾਣਾ, ਲੇਟ ਹੁੰਦਾ ਪਿਆ ਵਾਂ, ਤੇ ਪੈਸੇ ਕੋਈ ਨਹੀਂ ਪਵਾ ਦਿੰਦੇ ਆਪਾਂ, ਪਰ ਇਹ ਆ ਵੀ ਹੁਣ ਕੰਮ ਜੈਨੂਇਨ ਹੋਣਾ ਚਾਹੀਦਾ, ਉਹ ਨਾ ਹੋਵੇ ਮੁੰਡਾ ਫੇਰ ਹੀ ਅੰਦਰ ਰਹਿ ਜਾਵੇ। ਨਹੀਂ ਦੇਖੋ ਗੱਲ ਇਹ ਆਪਾਂ ਗੁਰੂ ਨੂੰ ਮੰਨਣਾ ਰਹੇ ਹਾਂ, ਠੀਕ ਆ, ਬੱਚਾ ਮੈਂ ਤੁਹਾਡਾ ਸਾਰਾ ਸਮਾਨ ਬੱਚੇ ਦਾ ਲੈ ਕੇ ਬੱਚੇ ਨੂੰ ਬਾਹਰ ਕਢਵਾ ਕੇ ਕਲੀਅਰ ਕਰਵਾ ਕੇ ਬੇਲ ਕਰਵਾ ਕੇ ਮੈਂ ਤੁਹਾਡਾ ਬੱਚੇ ਨਾਲ ਗੱਲ ਵੀ ਕਰਵਾ ਦੂੰਗਾ, ਠੀਕ ਆ। ਉਹ ਬੱਚਾ ਰੋਈ ਜਾਂਦਾ, ਤੁਸੀਂ ਜਰਾ ਬੱਚੇ ਨਾਲ ਇੱਕ ਵਾਰੀ ਗੱਲ ਕਰ ਲਓ। ਉਹ ਤਾਂ ਠੀਕ ਹੈ, ਉਹ ਤਾਂ ਠੀਕ ਹੈ, ਤੁਸੀਂ ਪਹਿਲਾਂ ਮੈਨੂੰ ਅਕਾਊਂਟ ਦੀ ਇਨਫੋਰਮੇਸ਼ਨ ਭੇਜੋ, ਬੱਚਾ ਤਾਂ ਕੋਈ ਗੱਲ ਨਹੀਂ, ਬੱਚੇ ਰੋਂਦੇ ਹੀ ਹੁੰਦੇ ਆ, ਜਦੋਂ ਪੁੱਠੇ ਕੰਮ ਕੀਤੇ ਹੁਣ ਬੱਚੇ ਰੋਂਦੇ ਨੇ, ਹੋਰ ਬੱਚੇ ਨੇ ਕਿਹੜਾ ਹੱਸਣਾ, ਠੀਕ ਆ। ਤੇ ਹੁਣ ਤੁਸੀਂ ਪੇਮੈਂਟ ਮੋਬਾਈਲ ਆਪਣਾ ਬੈਂਕ ਤੋਂ ਐਂਟਰ ਕਰੋਗੇ ਜਾਂ ਕਿਤੋਂ ਕਰੋਗੇ, ਮੈਨੂੰ ਉਹ ਦੱਸ ਦਿਓ, ਫਿਰ ਮੈਂ ਨਹੀਂ ਉਹ ਕੋਈ ਨਹੀਂ, ਮੈਂ ਗੂਗਲ ਪੇ ਕਰਾ ਦਿੰਦਾ ਉੱਥੇ ਬੈਂਕ ਦੇ ਸਿੱਧੀ। ਚਲੋ ਠੀਕ ਆ, ਆਪਣੇ ਮੋਬਾਈਲ ਤੋਂ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਆ, ਫਿਰ ਮੈਂ ਹੁਣ ਤੁਸੀਂ ਬੱਚੇ ਨਾਲ ਗੱਲ ਕਰ ਲਓ ਇੱਕ ਵਾਰੀ, ਠੀਕ ਆ। ਹਾਂ ਹਾਂ
ਉਹਨੂੰ ਹੌਸਲਾ ਦੇ ਦਿਓ ਥੋੜਾ ਜਿਹਾ। ਬੱਚਾ ਰੋਈ ਜਾਂਦਾ, ਕੋਈ ਨੀ ਗਲਤੀ ਹੋ ਗਈ ਆ ਬੱਚੇ ਕੋਲੋਂ, ਕੋਈ ਨੀ ਹੁਣ ਗਲਤੀ ਨਾਲ ਬਾਹਰ ਆ ਜੂਗਾ। ਦੁਬਾਰਾ ਉਹਨੂੰ ਥੋੜਾ ਸਮਝਾਇਆ ਜੇ ਕਿ ਇਸ ਤਰ੍ਹਾਂ ਦੀ ਮਹਿਫਲ ਚ ਨਾ ਜਾਇਆ ਜੇ, ਠੀਕ ਆ। ਹਾਂਜੀ ਇਹ ਗੱਲ ਕਰ ਲਓ ਬੱਚੇ ਨਾਲ, ਮੈਂ ਤੁਹਾਡੀ ਗੱਲ ਕਰਾਉਂਦਾ ਜ਼ਰਾ ਜਾ। ਗੱਲ ਕਰ ਪੁੱਤਰ, ਗੱਲ ਕਰ ਲੈ ਆਪਣੇ ਮਾਮ ਨੂੰ। ਹੈਲੋ ਹੈਲੋ, ਉਹ ਕਾਕਾ ਤੈਨੂੰ ਮੈਂ ਕਈ ਵਾਰੀ ਕਿਹਾ ਡੁਬਈ ਦੇ ਕਾਨੂੰਨ ਬੜੇ ਸਖਤ ਨੇ, ਇੱਥੇ ਇਹੋ ਜਿਹੇ ਕੰਮ ਨਹੀਂ ਕਰੀਦੇ। ਸ਼ੁਕਰ ਕਰ ਤੂੰ ਨਹੀਂ ਪੀਤੀ ਤੇ ਬਚ ਗਿਆ, ਨਹੀਂ ਤੇ ਤੈਨੂੰ ਪਰਮਾਨੈਂਟ ਡੁਬਈ ਦੇ ਵਿੱਚੋਂ, ਡੁਬਈ ਚੋਂ ਤੈਨੂੰ ਪਰਮਾਨੈਂਟ ਉਹਨਾਂ ਨੇ ਬੈਨ ਕਰ ਦੇਣਾ ਸੀ। ਬਾਅਦ ਚੋਂ ਤੂੰ ਇੱਥੇ ਕਦੇ ਕੰਮ ਤੇ ਨਹੀਂ, ਇੱਥੇ ਰੁਪਈਆ 40-50 ਹਜ਼ਾਰ 60 ਹਜ਼ਾਰ ਕਮਾਈ ਜਾਂਦਾ, ਆਪਣਾ ਪਰਿਵਾਰ ਪਾਲੀ ਜਾਂਦਾ, ਤੂੰ ਕਿਹੜੇ ਕੰਮਾਂ 'ਚ ਪਿਆ ਹੈ? ਮਾਮੂ ਮੈਨੂੰ ਇੱਕ ਵਾਰੀ ਮਾਫ਼ੀ ਦੇ ਦਿਓ, ਮੈਂ ਦੁਬਾਰਾ ਨਹੀਂ ਕਰੂੰਗਾ, ਮੈਂ ਕਿਸੇ ਪਾਸੇ ਨਹੀਂ ਜਾਊਂਗਾ ਮਾਮੂ। ਚੱਲ ਠੀਕ ਹੈ, ਨਾ ਜਾਈ ਇਸ ਪਾਸੇ, ਪਰ ਮੈਂ ਜਿਹੜੀ ਤੈਨੂੰ ਗੱਲ ਕਹਿ ਰਿਹਾ, ਦੇਖ ਆਪਾਂ ਬਾਹਰਲੇ ਮੁਲਕਾਂ 'ਚ ਆਏ ਹਾਂ, ਇਹ ਕੈਨੇਡਾ ਮੁਲਕ ਜਿਹੜਾ ਆ ਇਹ ਸਾਡੇ ਵਾਸਤੇ ਬਹੁਤ ਵਧੀਆ ਮੁਲਕ ਹੈ, ਇੱਥੇ ਇੱਥੋਂ ਅੱਗੇ ਹੁਣ ਕੁਛ ਨਹੀਂ। ਠੀਕ ਹੈ ਮਾਮੂ, ਮੈਂ ਤੇਰੇ ਹੱਥ ਜੋੜਨਾ, ਮੈਨੂੰ ਇੱਕ ਵਾਰੀ ਬਾਹਰ ਆ ਗਿਆ, ਮੈਂ ਦੁਬਾਰਾ ਸੌਂ ਖਾ ਕੇ ਕਹਿੰਦਾ ਮਾਮੂ ਮੈਂ ਗਲਤੀ ਨਹੀਂ ਕਰੂੰਗਾ। ਤੂੰ ਕੈਨੇਡਾ ਦੇ ਕਿਹੜੇ ਸ਼ਹਿਰ 'ਚ ਰਹਿੰਦਾ? ਕੈਨੇਡਾ ਦੇ ਕਿਹੜੇ ਸ਼ਹਿਰ 'ਚ ਰਹਿੰਦਾ? ਹੈਲੋ, ਮੈਂ ਕਿਹਾ ਕੈਨੇਡਾ ਦੇ ਕਿਹੜੇ ਸ਼ਹਿਰ 'ਚ ਰਹਿੰਦਾ ਆ? ਹੈਲੋ, ਵਕੀਲ ਗੱਲ ਕਰਦਾ ਪਿਆ, ਅਫਸਰ ਆ ਗਏ ਸੀ, ਉਹ ਕਹਿੰਦੇ ਇੰਨੀ ਦੇਰ ਗੱਲ ਨਹੀਂ ਕਰਨੇ ਤੇ। ਨਹੀਂ ਨਹੀਂ, ਮੈਂ ਕਿਹਾ ਕੈਨੇਡਾ ਦੇ ਕਿਹੜੇ ਸ਼ਹਿਰ 'ਚ ਰਹਿੰਦਾ ਆ? ਹਾਂਜੀ, ਕਿਹੜੇ ਸ਼ਹਿਰ 'ਚ ਰਹਿੰਦਾ ਕੈਨੇਡਾ ਦੇ? ਤੁਹਾਨੂੰ ਨਹੀਂ ਪਤਾ ਪੰਜ ਕਿੱਥੇ ਰਹਿੰਦਾ ਤੁਹਾਡਾ? ਓਹੋ, ਮੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਨਾ, ਤੁਸੀਂ ਵਕੀਲ ਹੋ, ਤੁਸੀਂ ਉਹਦੇ ਕੋਲ ਬੈਠੇ ਹੋ, ਉਹ ਨਾ ਹੋਵੇ ਮੈਨੂੰ ਕੋਈ ਗਲਤੀ ਫੋਨ ਕਰੀ ਜਾਵੇ। ਨਹੀਂ ਨਹੀਂ, ਇਹ ਮੇਰੀ ਗੱਲ ਸੁਣੋ ਸਰਦਾਰ, ਆਪਾਂ ਪੰਜਾਬੀ ਆ, ਠੀਕ ਆ, ਆਪਾਂ ਮੰਨ ਲੈਣੇ ਆ, ਠੀਕ ਆ। ਮੈਂ ਇਸ ਵੇਲੇ ਡਿਊਟੀ ਤੇ ਜਾ ਰਿਹਾ ਸੀ। ਨਹੀਂ ਨਹੀਂ, ਮੈਂ ਕਿਹਾ ਕਿਹੜੇ ਕਿਹੜੇ ਸ਼ਹਿਰ 'ਚ ਆ ਕੈਨੇਡਾ 'ਚ, ਕਿਹੜੇ 'ਚ ਆ? ਸਰੀ ਸਰੀ। ਅੱਛਾ ਸਰੀ, ਮੇਰਾ ਵੀ ਹਨਾ, ਕਿੰਨਾ ਵਧੀਆ ਵੇਖ ਰੱਬ ਨੇ ਸਬਬ ਬਣਾਇਆ ਕਿ ਪਹਿਲਾਂ ਆਪਾਂ ਇਟਲੀ ਤੋਂ ਸ਼ੁਰੂ ਹੋਏ ਸੀ, ਡੁਬਈ ਤੇ ਪਹੁੰਚ ਗਏ, ਡੁਬਈ ਤੋਂ ਹੁਣ ਕੈਨੇਡਾ ਆ ਗਏ, ਹੁਣ ਕਿਹੜੀ ਕੰਟਰੀ ਬਦਲਣੀ ਆਪਾਂ? ਕਿੰਦਾ ਹੁਣ ਅਗਲੀ ਕੰਟਰੀ ਕਿਹੜੀ ਬਦਲਣੀ ਆਪਾਂ? ਕਿਸ ਚੀਜ਼ ਦੀ? ਜਿਹੜਾ ਗੋਰੇ ਦੇ ਸਿਰ 'ਚ ਬੋਤਲ ਮਾਰੀ, ਗੋਰਾ ਅੰਦਰ ਤੁਰ ਗਿਆ, ਉੱਥੇ ਹੁਣ ਆਪਾਂ ਨੂੰ ਪੈਸੇ ਭਰਨੇ ਪੈਣੇ, ਉਹ ਕਰਨਾ, ਆਹ ਕਰਨਾ ਪੈਣਾ, ਹੈਂ? ਕਹਾਣੀ ਬੜੀ ਵਧੀਆ ਆ, ਕਹਾਣੀ ਪਤਾ ਪੁਰਾਣੀ ਹੋ ਗਈ ਆ, ਹੁਣ ਕਹਾਣੀ ਬਦਲੋ। ਭਾਣਜਾ ਤੇ ਮੇਰਾ ਮੇਰੇ ਕੋਲ ਬੈਠਾ ਆ, ਆਹੀ ਯਾਰ ਭਾਣਜੇ ਗੱਲ ਕਰੀ। ਸਤਿ ਸ਼੍ਰੀ ਅਕਾਲ ਜੀ। ਆ ਬੈਠਾ ਸੀ ਮੇਰਾ ਭਾਣਜਾ ਇੱਥੇ। ਤੂੰ ਮਾਮਾ ਹੀਰ ਦੇ ਕਿਹਨੂੰ ਭਾਣਜਾ ਬਣਾਈ ਜਾਂਦਾ ਹੈ? ਛਿੱਤਰਾਂ ਵਾਲੇ ਕੰਮ ਕਰਦਾ, ਜੁੱਤੀਆਂ ਮਾਰ ਮਾਰ ਕੇ ਤੇ ਤੁਹਾਡਾ ਸਿਰ ਕਰ ਦੇਣਾ ਪੋਲਾ, ਤੇ ਰਿਕਾਰਡਿੰਗ ਤੇਰੀ ਕਰਤੀ ਮੈਂ, ਹੁਣ ਇਹ ਸਾਰੇ ਜਿੰਨੀਆਂ ਕੰਟਰੀਆਂ ਦੇ ਸੋਸ਼ਲ ਮੀਡੀਆ ਆ ਸਾਰਿਆਂ 'ਤੇ ਪੈ ਜਾਣੀ ਆ, ਇਹ ਆਵਾਜ਼ਾਂ ਸੁਣ ਲੈਣਗੇ ਵੀ ਜਦੋਂ ਵੀ ਇਹ ਆਵਾਜ਼ ਉਹ ਗਿਆ ਜੀ, ਭੱਜ ਗਿਆ। ਸੋ ਇਹਨਾਂ ਤੋਂ ਬਚੋ ਵੀ, ਕਿਉਂਕਿ ਇਹ ਜਿਹੜੇ ਹੈਗੇ ਆ ਬਹੁਤ ਵੱਡੇ ਫਰੋਡੀਏ ਆ। ਇੱਕੋ ਹੀ ਸਟੋਰੀ ਆ, ਤੁਸੀਂ ਸਟੋਰੀ ਸੁਣ ਲਈ ਹੈ ਕਿ ਮਾਮਾ ਜੀ ਉਹ ਮੈਂ ਮੁੰਡਾ ਇੱਕ ਪੱਕਾ ਹੋਇਆ ਸੀ, ਅਸੀਂ ਉੱਥੇ ਗਏ ਜੀ, ਉੱਥੇ ਪਾਰਟੀ ਕਰ ਕੀਤੀ ਮੁੰਡੇ ਨੇ, ਉੱਥੇ ਗੋਰੇ ਦੇ ਸਿਰ ਦੇ ਵਿੱਚ ਉਹਨਾਂ ਨੇ ਬੋਤਲ ਮਾਰਤੀ, ਪੁਲਿਸ ਫੜ ਕੇ ਲੈ ਗਈ, ਦੂਜੇ ਮੁੰਡਿਆਂ ਨੇ ਸ਼ਰਾਬ ਪੀਤੀ ਸੀ, ਉਹਨਾਂ ਨੂੰ ਸਜ਼ਾ ਹੋ ਗਈ, ਮੈਨੂੰ ਬਚਾ ਲਓ। ਸੋ ਇਹਨਾਂ ਕਹਾਣੀਆਂ ਤੋਂ ਬਚੋ ਜੇ ਤੁਸੀਂ, ਕਿਉਂਕਿ ਆਪਣੇ ਬਹੁਤ ਜ਼ਿਆਦਾ ਲੋਕ ਇਸ ਝਾਂਸੇ ਵਿੱਚ ਫਸ ਕੇ ਅਤੇ ਪੈਸੇ ਦੇ ਰਹੇ ਆ, ਅਤੇ ਇਹ ਇੱਕ ਬੜਾ ਨਵਾਂ ਤਰੀਕਾ ਇਹਨਾਂ ਨੇ ਕੱਢਿਆ ਆ। ਮੈਂ ਉਹਨੂੰ ਕਿਹਾ ਵੀ ਡੁਬਈ ਰਹਿੰਦਾ, ਪਹਿਲਾਂ ਕਿਹਾ ਮੈਂ ਇਟਲੀ ਰਹਿੰਦਾ, ਫਿਰ ਇਟਲੀ ਤੋਂ ਉਹਨੂੰ ਮੈਂ ਭੇਜਿਆ ਡੁਬਈ, ਮੈਂ ਕਿਹਾ ਤੂੰ ਡੁਬਈ ਰਹਿੰਦਾ, ਇਹਦੇ ਕਾਨੂੰਨ ਬੜੇ ਸਖਤ ਨੇ, ਅਤੇ ਫਿਰ ਉਹ ਹੁਣ ਮੈਂ ਉਹਨੂੰ ਕਿਹਾ ਕਿ ਬਈ ਕੈਨੇਡਾ ਦੇ ਕਿਹੜੇ ਸ਼ਹਿਰ 'ਚ ਰਹਿੰਦਾ, ਉਹ ਕਹਿੰਦਾ ਸਰੀ। ਸੋ ਇਸ ਕਰਕੇ ਇਹ ਖੁਦ ਥਥਲਾਉਂਦੇ ਹੋਏ ਗੱਲਾਂ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਕਿੱਥੋਂ ਕਾਲ ਕਰਦੇ ਪਏ ਨੇ, ਅਤੇ ਸਿਰਫ ਕੰਮ ਕਰਨਾ ਚਾਹੁੰਦੇ ਆ ਵੀ ਕੋਈ ਬੰਦਾ 1.5 ਲੱਖ ਤੋਂ ਸ਼ੁਰੂ ਹੋਇਆ, ਭਾਵੇਂ 10,000 ਰੁਪਈਆ ਵੀ ਭੇਜ ਦੇ ਤਾਂ ਵੀ ਠੀਕ ਹੈ। ਸੋ ਬਚੋ ਜਿੰਨਾ ਬਚ ਹੁੰਦਾ ਇਹ ਨਵੇਂ ਨਵੇਂ ਠੱਗਾਂ ਤੋਂ, ਅਤੇ ਆਪਣਾ ਪੈਸਾ ਸੰਭਾਲ ਕੇ ਰੱਖੋ ਅਤੇ ਆਪਣੀ ਐਨਰਜੀ ਸੰਭਾਲ ਕੇ ਰੱਖੋ। ਸਤਿ ਸ਼੍ਰੀ ਅਕਾਲ ਜੀ।